ਕੀ ਹਾਲ ਚੱਲ ਆਗੇ ਰੀਲਮ ਤੇ ਚੱਲ ਰਹੇ ਟ੍ਰੈਂਡ ਕਾਕੇ ਕਿਤੇ ਚੱਲਾ ਚੀ ਕਾਕੇ ਨੇ ਕੀ ਪਾਇਆ ਚੀ ਕਾਕੇ ਦੇ ਵਾਲ ਸਟ੍ਰੇਟ ਕਰਦਾ ਆਓ ਚੱਲੀਏ ਕਾਕੇ ਵੱਲ ਕਾਕਾ ਤਾਂ ਗੇੜਾ ਹੀ ਦੇ ਬੈਠਾ ਲੈ ਕੇ ਬੈ ਗਿਆ ਸਾਰਿਆਂ ਨੂੰ ਕਾਕਾ ਨਾਲ ਸੂਤ ਆਇਆ ਇਹਦਾ ਕਾਕੇ ਤੇਰੀ ਆਓ ਸ਼ੁਰੂ ਕਰੀਏ ਕਾਕੇ ਇੱਕ ਕਾਕੇ ਤੇਰੇ ਵਾਲ ਵੜੇ ਗੱਟਦੇ ਹੋਣਾ ਹੋਰ ਹੁਣ ਤੂੰ ਕੀ ਚਾਹਣਾ ਕਾਕਾ ਉੱਡੇ ਕਾਕੇ ਦੇ ਵਾਲ ਹੀ ਉੱਡਦੇ ਆ ਨਾ ਹਵਾ ਬੜੀ ਠੁੱਕ ਲਾਲਾ ਕਾਕੇ ਦੇ ਮੂੰਹ ਤੇ ਇੱਥੇ ਸਿਰ ਤੇ ਸੱਚ ਕਾਕੇ ਦੀ ਵਾਰ ਤੇਰੇ ਦੰਦ ਕਿੱਥੇ ਕਿੱਥੇ ਤੇਰੀ ਲਾਡੀਆਂ ਵਿੜੀਆਂ ਕਰਦੇ ਮੈਂ ਸੁਣਿਆ ਵੀਡੀਓ ਚ ਇੰਨੇ ਟਾਕੇ ਨੂੰ ਪਿਆਰ ਬੜਾ ਕਰਦੇ ਕਾਕੇ ਨੂੰ ਲਾਡੀਆਂ ਕੌਣ ਕਰੀ ਜਾਂਦਾ ਤੂੰ ਕਾਕੇ ਨੂੰ ਲਾਡੀਆਂ ਕਰੇ ਠੀਕਾ ਪਰ ਲੋਕ ਵੀ ਕਾਕੇ ਨੂੰ ਲਾਡੀਆਂ ਕਰ ਲੈਣ ਤੈਨੂੰ ਕੋਈ ਚੱਕਰ ਨਹੀਂ ਕਾਕੇ ਹੂੰ ਕਦੀ ਮੈਂ ਇੰਨੇ ਟਾਕੇ ਨੂੰ ਪਿਆਰ ਹੀ ਕਰਨਾ ਕਦੀ ਕਦੀ ਇਦਾਂ ਡੰਡ ਲਾਇਆ ਕਰ ਕਦੀ ਕਦੀ ਇਦਾਂ ਨਹੀਂ ਚੰਗੇ ਲੱਗਦਾ ਤੂੰ ਕਦਰ ਨਹੀਂ ਕਰਦੀ ਬਈ ਮੈਂ ਕਦੀ ਕਦੀ ਕੀ ਆ ਮੈਂ ਕਦੇ ਇਦਾਂ ਨਹੀਂ ਕਹਿੰਦਾ ਵੀਡੀਓ ਚ ਲੜੀ ਜਾਂਦਾ ਜਿੰਨਾ ਵੀਡੀਓ ਚ ਲੜੀ ਜਾਂਦਾ ਹੋਰ ਕਰੇ ਕੀ ਹੁਣ ਕਾਕੇ ਕੋਲ ਤਾਂ ਟਾਈਮ ਨਹੀਂ ਲੜਨ ਦਾ ਕਾਕਾ ਕਾਕੇ ਨੂੰ ਤਾਂ ਤਾਂ ਵੇਲ ਨਹੀਂ ਮਿਲਦੀ ਕਾਕੇ ਨੂੰ ਕਾਕੇ ਅੱਛਾ ਪਿਆਰ ਬੜਾ ਕਰਦੇ ਦੱਸ ਕਾਕੇ ਆ ਗਿਆ ਡਿਊਟੀ ਕਰਕੇ ਕਾਕੇ ਕਿੰਨੇ ਦਿਨਾਂ ਬਾਅਦ ਤੇਰੀ ਵੀਡੀਓ ਬਣਾਈ ਤੇਰਾ ਦਿਲ ਨਹੀਂ ਲੱਗਾ ਆਹੋ ਜਨਾਨੀ ਦੀ ਵੀਡੀਓ ਪਹੁੰਚੋ ਗਏ ਤੁਸੀਂ ਹੋਰ ਤਾਂ ਕੁਝ ਕਰਨਾ ਨਹੀਂ ਲੋਕਾਂ ਨੂੰ ਆਖਣਗੇ ਭਾਈ ਜੀ ਐਂਟਰਟੇਨਮੈਂਟ ਲਈ ਤਾਂ ਫਿਰ ਕੀ ਹੋ ਗਿਆ ਪਾਤੀ ਤਾਂ ਜਸਟ ਲੁਕਿੰਗ ਲਾਈਕ ਆ ਵਾਓ ਬਿਗ ਬਸਟ ਜਾ ਕੇ ਬਹਿ ਗਈ ਅਗਲੀ ਆਤਾ ਨਹੀਂ ਕੀ ਇੱਕ ਤਾਂ ਲੋਕ ਐਂਟਰਟੇਨ ਦੇ ਚੱਕਰਾਂ 'ਚ ਫਿਰ ਜਦੋਂ ਹਿੱਟ ਫੇਅਰ ਫਿਰ ਕਹਣਗੇ ਨਹੀਂ ਯਾਰ ਵਾਕੀ ਕਰਨ ਚਤਾ ਹੈ ਕਾਕੇ ਟੱਟੀ ਕਾਲੀ ਸੀ ਦੱਸੇ ਤੇ ਨਹੀਂ ਬਣਾਈਦੇ ਮੇਰਾ ਵੀ ਨਹੀਂ ਦੇਣ ਲੱਗਾ ਮੈਂ ਕਾਕੇ ਜੌਬ 'ਚ ਵਿਜੀ ਹਾਂ ਨਾ ਆਰੇ ਨਹੀਂ ਬਣਾਈਦਾ ਮੈਨੂੰ ਮੈਨੂੰ ਇਹ ਆਪ ਵੀ ਕੋਈ ਕੰਮ ਕਰਦਾ ਜਾਂ ਸਿਰਫ ਕਾਕਾ ਹੀ ਜੌਬ ਕਰਦਾ ਏ ਆਪ ਤਾਂ ਬਸ ਕਾਕੇ ਵਾਲੀ ਜੋਬ ਹੀ ਕਰਦਾ ਵੀਡੀਓ ਬਣਾ ਕੇ ਪਾਉਂਦੇ ਹੂੰ ਕਿਤਾ ਬਣਾਉਂਦਾ ਮੈਂ ਜੋਬ ਕਰਕੇ ਵੀ ਜੀ ਹਾਂ ਕਾਕਾ ਬਸ ਤੇ ਜਾਂਦਾ ਰਿਹਾ ਕਾਕੇ ਦੀ ਵੀਡੀਓ ਨਹੀਂ ਆਈ ਤਾਂ ਕਾਕੇ ਕਾਕੇ ਦਿਲ ਲੱਗ ਗਿਆ ਦਿਨ ਕਾਕ ਨੇ ਕਿਹਾ ਕਿ ਦਿਲ ਲੱਗਣ ਨੂੰ ਕਾਕਾ ਮਰੀ ਜਾਂਦਾ ਕਾਕੇ ਦਿਲ ਲੱਗ ਗਿਆ ਓਏ ਤੈਨੂੰ ਪਤਾ ਹੈ ਕੀ ਕਮਾਉਣਾ ਮੈਂ ਤਾਂ ਵਾਕਈ ਬੇੜਾ ਕਰਕਾ ਸਾਰੇ ਕਿਤੇ ਕਾਕਾ ਕਾਕਾ ਹੀ ਚੱਲਦੀ ਜਾਂਦਾ ਹੋਰ ਕੁਝ ਨਹੀਂ ਕਾਕੇ ਦੀ ਵੀਡੀਓ ਪਾਉਂਦਾ ਫੇਰ ਰੱਖਣਗੇ ਜਨਾਨੀ ਸਰੋਂ ਨਹੀਂ ਹਿੱਟ ਹੁੰਦੇ ਅਸੀਂ ਹਾਂ ਵੀ ਕਾਕੇ ਕੀ ਕਰਦਾ ਰਿਹਾ ਅੱਜ ਛੜੀ ਢੜੀ ਅੱਜ 350 ਗਿਨ ਘਾਤੀ ਹੈ ਤੇ ਮੈਂ ਅੱਜ ਬਣਾਈ ਤੁਹਾਡੇ ਵਾਸਤੇ ਬਦਾਮਾਂ ਵਾਲੀ ਖੀਰ ਬਦਾਮਾਂ ਵਾਲੀ ਖੀਰ ਕਰਨੀ ਕੀ ਐਨੇ ਕਿਹੜਾ ਸਾਇੰਟਿਸਟ ਬੰਨਾ ਬਦਾਮਾਂ ਵਾਲੀ ਖੀਰ ਐਨੂੰ ਓਦਾਂ ਹੀ ਕਿ ਤੂੰ ਚੋਲ ਚੋਲ ਖਵਾ ਜਾਂ ਰੋਟੀ ਖਵਾ ਐਨੂੰ ਬਣਾ ਕੇ ਦਾਲ ਨਾਲ ਬਦਾਮਾਂ ਵਾਲੀ ਚੀਜ਼ ਕਾਕੇ ਕੋਈ ਸੈਂਸ ਐਸ ਵਾਤ ਨਾ ਮੈਨੂੰ ਬਹੁਤ ਲੱਗ ਰਿਹਾ ਇਸ ਟਾਈਮ ਦੰਦਾਈ ਹੂੰ ਵਸੇ ਗੱਲ ਐ ਕਮੈਂਟ ਬਾਕਸ ਬੰਦ ਰੱਖਦੇ ਨੂੰ ਪਤਾ ਬੇਜਾਈ ਤੇ ਕਰਨੀ ਐ ਲੋਕਾਂ ਨੇ ਹੂੰ ਕੋ ਟਾਈਮ ਸਾਰਿਆ ਤੇ ਬੋਲੀ ਆਏ ਹੱਲਾ ਕਾਕਾ ਕਾਕਾ ਕਹਿ ਕੇ ਮੈਂ ਤਾਂ ਨਟੇ ਉੱਤੇ ਚੱਲਾਂ ਕਾਕਾ 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 ਹੀ ਨਸੂਤਾ ਆ ਵਸੇ ਹਾਏ ਰੱਬਾ ਮੇਰੇ ਰਪਲਾਈ ਵੀ ਕਰ ਦਿੰਦਾ ਇਹ ਇੱਕੋ ਟਾਈਮ ਸਾਰੰਦਾ ਪਤਾ ਨਹੀਂ ਕਾਕਾ ਕਿੱਥੋਂ ਲੱਭੇ ਹੈ ਇਹਨੂੰ ਅੱਜ ਮੇਰੀ ਧੀ ਨੇ ਤੇ ਮੇਰੀ ਘਰ ਵਾਲੀ ਨੇ ਕੋਈ ਜੀ ਸੂਤ ਪਾਏ ਸ਼ੂਤ ਪਾਏ ਜਾਂ ਫਿਰ ਸ਼ੂਤ ਪਾਏ ਤੂੰ ਵੀ ਸ਼ੂਤ ਪਾਇਆ ਕੋਈ ਕੇ ਨੰਗਾ ਹੀ ਖੜਾ ਸ਼ੂਤ ਪਾਏ ਠੀਕ ਆ ਸੁਖਰਾ ਸ਼ੂਤ ਨਹੀਂ ਆਖਿਆ ਕਹਿੰਦਾ ਨਿਕਰ ਵਾਲੀ ਘਰ ਵਾਲੀ ਬੜੀ ਸੋਣੀ ਲੱਗਿੰਦੀ ਆ ਛੱਡਾ ਕਰਦਾ ਇਹਨੂੰ ਐ ਨਹੀਂ ਪਤਾ ਵੀ ਇਹ ਚੱਲ ਇਹ ਤਾਂ ਐਂਟਰਟੇਨਮੈਂਟ ਲਈ ਚੱਲ ਜੀ ਜਾਂਦੇ ਆ ਪਰ ਜਹੀ ਜਵਾਕ ਜਦੋਂ 15-15 ਸਾਲ ਦੇ ਹੋ ਕੇ ਵੇਖਣਗੇ ਓਹੋ ਪਾਪਾ ਤੁਸੀਂ ਕੋਈ ਕੰਮ ਵੀ ਕਰਦੇ ਸੀ ਕਿ ਮੰਮੀ ਦੀ ਟੁਇੰਚੀ ਵੜ ਰਹਿੰਦੀ ਸੀ ਸਾਰੀ ਦੀ ਕਾਕੇ ਕਿਤੇ ਚੱਲਾ ਚੀ ਕਾਕੇ ਕਾਕੇ ਹੂੰ ਕਾਕੇ ਤੇ ਲੋਕ ਬਣਾਇਆ ਤੇ ਅੱਜ ਕਾਕਾ ਸਾਡਾ ਟੀਕਾ ਲਵਾਉਣ ਚਲ ਗਿਆ ਕਾਕੇ ਨੂੰ ਵੀ ਲੱਗਾ ਅਵਲੀਨ ਨੂੰ ਵੀ ਲੱਗਾ ਤਾਂ ਕਿਉਂ ਕਾਕੇ ਨੂੰ ਟੱਟੀਆਂ ਲੱਗੀਆਂ ਸੀ ਕਾਕਾ ਟੀਕਾ ਕਾਹਦਾ ਲਵਾ ਕੇ ਆਇਆ ਦੋ ਥਾਲੀਆਂ ਕਿ ਹੂੰ ਅਡੜ ਖਾਣੇ ਹੋ ਗੇ ਹੂੰ ਤੁਹਾਨੂੰ ਟੀਕਾ ਲੱਗਾ ਹੁਣ ਕਾਕਾ ਰੋਟੀ ਲੱਗਾ ਕੋਣ ਚਲ ਆਜੋ ਰੋਟੀ ਖਾ ਲਈਏ ਹਾਂ ਹੂੰ ਭੁੱਖ ਬੜੀ ਲੱਗਦੀ ਕਾਕੇ ਹਾਂਜੀ ਅਜੇ ਤਿੰਨ ਬੁਕਾਰ ਵੀ ਚੱਲਣਾ ਜੇ ਫੇਰ ਢਿਲ ਹੋਰ ਕੁਛ ਚੜੇ ਨਾ ਚੜੇ ਪਰ ਬੁਖਾਰ ਜਰੂਰ ਚੜ੍ਹ ਜ ਤੂੰ ਹੁਣ। ਠੀਕਾ ਬੁਖਾਰ ਹੀ ਚੜ੍ਹੇ ਕਾਕੇ ਨੂੰ ਅੱਛਾ ਕਰੋਨਾ ਦੇ ਲਵਾਉਣ ਦੇ ਫਿਰਦੇ ਹੋ ਕਿ ਹਜ ਤਾਈ ਤੁਸੀਂ ਉਹ ਹੂੰ ਇਹ ਨਾ ਚੜ ਇਹਨੇ ਕਾਕੇ ਬੁਖਾਰ ਝਾੜਦਾ ਨਾ ਕਾਕੇ ਨੂੰ ਫਿਰ ਕਾਕੇ ਨੂੰ ਬੁਖਾਰ ਚੜ ਗਿਆ ਚੀ ਕਾਕੇ ਲਈ ਗੋਲੀ ਲੈ ਕੇ ਆਇਆ ਚੀ ਕਾਕਾ ਇਹਨਾਂ ਸੂਤ ਆਇਆ ਤਾਂ ਵਾਕਈ ਬੇੜਾ ਕਰਕਾ ਯਾਰ ਇਹਦੀਆਂ ਰੀਲਾਂ ਚ ਤਾਂ ਕਾਕੇ ਆ ਗਏ ਸੌਦਾ ਲੈ ਆਏ ਨੇ ਨਹੀਂ ਝੜਿਆ ਸੌਦਾ ਨਹੀਂ ਹੁੰਦਾ ਛੋਦਾ ਕਿਡਾ ਹੋਇਆ ਹਾਂ ਹਾਂ ਛੋਦਾ ਲੈਣ ਆਇਆ ਕਾਕਾ ਹੂੰ ਲੈਣਾ ਕਿ ਹਾਂ ਹੂੰ ਮੇਰਾ ਕੱਟਿਆ ਕਰਾ ਕੇ ਮੰਨਿਆ ਹਾਂਜੀ ਮੰਨਿਆ ਨੇ ਮੇਰੀ ਹੂੰ ਕੀ ਕੀ ਲੈਣ ਆਏ ਕਾਕੇ ਟੱਟੀ ਭਗਵਾਨ ਫਰੂਟ ਜ਼ਰੂਰ ਲੈਣੀ ਜਦੋਂ ਚੋਰੀ ਚੋਰੀ ਪਾਣ ਲਾ ਉੱਡ ਠੀਕ ਆ ਫਰੂਟ ਕਰਨੇ ਕੀ ਐ ਤੂੰ ਤਾਂ ਦੰਦਾ ਨਾ ਸੇਪ ਪਾੜ ਹੀ ਹੁੰਦਾ ਹੋਣਾ ਖਾਂਦਾ ਨਹੀਂ ਹੋਣਾ ਓਏ ਇਹੋ ਜਿਹਾ ਬੰਦਾ ਇਹ ਨਿਊਜ਼ੀਲੈਂਡ ਵਾਲੇ ਤੁਹਾਡੀ ਚੜਾਈ ਹੋ ਗਈ ਵੇਖ ਲੈ ਪਹਿਲਾਂ ਕੈਨੇਡਾ ਦਾ ਨਾਂ ਹਿੱਟ ਸੀ ਹੁਣ ਤੁਹਾਡਾ ਵੀ ਹੋ ਗਿਆ ਹੂੰ ਕੀ ਵੀ ਖਾਇਆ ਕਰ ਤੂੰ ਕਾਕਾ ਨਾ ਸੂਤ ਆਇਆ ਕੀ ਖਵਾਏਂਗਾ ਗੂੰ ਖਵਾਊਗਾ ਅੱਜ ਮੈਂ ਪਾਸਤਾ ਬਣਾਉਂਗਾ ਤੇ ਅੱਜ ਮੈਂ ਉਸ ਤੋਂ ਬਾਅਦ ਬਣਾਉਂਗਾ ਘੜੀ ਚਾਵਲ ਘੜੀ ਚਾਵਲ ਘੜੀ ਚਾਵਲ ਤਾਂ ਸੁਨੇ ਸੀ ਘੜੀ ਚਾਵਲ ਕਿਹੜੇ ਹੁੰਦੇ ਆ ਇਹ ਚੋਲਕੀ ਘੜੀ ਤੇ ਧਰ ਕੇ ਖਾਣੇ ਪੈਂਦੇ ਆ ਸਮਝ ਨਹੀਂ ਆਉਂਦੀ ਸਾਲਾ ਇੱਕ ਕਮਲਾ ਹੋਵੇ ਫਿਰ ਵੀ ਠੀਕ ਆ ਪਰ ਜਦੋਂ ਦੂਜਾ ਵੀ ਨਾਲ ਰਲ ਜੇ ਉਹ ਤਾਂ ਹੂੰ ਉਹ ਚੱਲਿਆ ਸੀ ਨਾ ਕਮਰੇ ਰਮਲੇ ਇੱਕੋ ਰਲੇ ਜੇ ਉਹ ਲਟਰਨ ਪਟਰਨ ਵਿੱਚ ਖੁਸ਼ੀ ਦੇ ਪਲ ਕੱਟ ਲੋ ਪਰ ਇਹ ਤਾਂ ਜ਼ਿਆਦਾ ਹੀ ਬੇੜਾ ਗਰ ਕਰੀ ਬੈਠੇ ਆ ਕਾਕੇ ਦੇ ਘਰ ਦੇ ਨਹੀਂ ਵਿਖਦੇ ਹਣੇ ਇਹ ਕਿਦਾਂ ਦਾ ਜਵਾਈ ਹੈ ਸਾਡਾ ਤੁਹਾਡੇ ਜਵਾਈ ਦਾ ਨਾਂ ਕੀ ਆ ਨਾਮ ਤਾਂ ਪਤਾ ਨਹੀਂ ਪਰ ਉਹਨੂੰ ਕਾਕਾ ਕਾਕਾ ਕਹਿੰਦੇ ਆ ਕਾਕੇ ਕੱਲ ਕਿਦਾਂ ਰਹੀ ਦੀਵਾਲੀ ਪੜੀ ਵਧੀਆ ਹੂੰ ਇੰਤਾ ਦੀ ਗੱਦੰਦੀ ਰਹੀ ਮੇਰੀ ਵੀ ਬਰੀ ਹੋਦੀ ਆ ਰਹੀ ਕਾਕੀ ਨੇ ਪਕੋਰੇ ਕਾਕੀ ਨੇ ਮੰਮੀ ਆਖਿਆ ਕਰ ਇਹ ਵੀ ਕਾਕੀ ਅੱਖ ਨਾਈ ਪਈ ਮੈਂ ਤਾਂ ਕਾਕੀ ਆਖੂਗੀ ਮੇਰੀ ਮੰਮੀ ਫਿਰ ਕਾਕੀ ਨਾਲ ਤਾਂ ਫੇਮਸ ਹੂੰ ਮੈਂ ਕਿ ਖਵਾਈ ਬਰਾ ਲੱਭ ਜਾਂ ਖਾਦੇ ਹਾਂਜੀ ਫਿਰ ਮੈਂ ਤਾਂ ਬੜਾ ਇੰਜੋਏ ਕਰ ਆਏ ਕਾਕੀ ਨੇ ਖੇਲੇ ਨਾ ਚਲੋ ਇਹ ਕਿ ਦੁਵਾਲੀ ਤੇ ਕੀ ਕਹੇਗਾ ਲਿੰਡਾ ਖਾਊਗਾ ਤੇਰਾ ਕਾਕਾ ਦੁਵਾਲੀ ਤੇ ਆ ਸਰੀ ਇਹਨੂੰ ਨਹੀਂ ਪਤਾ ਕੀ ਖਾਊਗਾ ਦਿਵਾਲੀ ਤੇ ਦਿਵਾਲੀ ਤੇ ਮਠਾਈਆਂ ਹੀ ਹੁੰਦੀਆਂ ਹੋਰ ਬਜਰੀ ਸੀਮੈਂਟ ਖਵਾਏਗਾ ਉਹਦੇ ਕਾਕੇ ਨੂੰ ਕਾਕੇ ਦਿਵਾਲੀ ਤੇ ਕੀ ਖਾਏਗਾ ਪਤਾ ਨਹੀਂ ੱਟਕੇ ਖਾਊਗਾ ਕਾਕਾ ਹੂੰ ਜੇ ਸਾਬ ਦੇ ਹਾਲਾਤ ਆ ਹੋਰ ਸਾਲ ਦੋ ਸਾਲ ੱਟਕੇ ਖਾਊਗਾ ਕਾਕਾ ਜੀ ਜੀਆ ਖਾਊਗਾ ਲੈ ਕੇ ਦੋਗੇ ਉਹ ਲੈ ਕੇ ਦਿੱਤੇ ਮੈਨੂੰ ਸ ਵੀ ਜਾਣਾ ਟੁਰੂ ਲਾਬ ਆ ਬੰਦਾ ਵੀ ਨਹੀਂ ਹੁੰਦਾ ਪਤਾ ਨਹੀਂ ਛੇਤੀ ਮੰਦਾ ਨਹੀਂ ਹੁੰਦਾ ਹੂੰ ਦੋ ਚਪੇੜਾਂ ਦੀ ਮਾਰ ਆ ਕਾਕਾ ਕੀ ਕਾਕੇ ਦਾ ਕਰਦੇ ਵੀ ਮੰਨ ਜਾਣ ਨਹੀਂ ਮੈਂ ਜਨਾਨੀ ਦੇਤਿਆਚਾਰ ਦੀ ਗੱਲ ਨਹੀਂ ਕਰਦਾ ਮੈਂ ਕਾਕਿਆਂ ਦੀ ਗੱਲ ਕਰਦਾ ਮੈਨੂੰ ਕੀ ਪਤਾ ਸੀ ਆਹ ਕਾਕੇ ਬਣੇ ਬੈਠੇ ਹੋਣਗੇ ਇਹ ਦੱਸ ਕਾਕੇ ਕੀ ਗੰਦਿਆ ਮਸਾਲਾ ਪਾਈ ਆਂਦਾ ਸੂਟ ਤੇ ਤੈਨੂੰ ਨਹੀਂ ਪਤਾ ਤਰਪਾਈ ਕਰੀ ਜਾਂਦੀ ਉਹ ਕੀ ਕਰਨ ੜਿਆ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਜਿਹੜੇ ਫੂਡ ਬਲੌਗਰ ਉਹ ਵੀ ਆਈਆਂ ਸਾਰਾ ਆਪਣੇ ਕਿਆ ਡਾਲਾ ਮਸਾਲਾ ਤੋਂ ਦੇਖੀਏ ਭਾਈ ਸਾਹਿਬ ਇਹ ਇਹਨਾਂ ਨੇ ਢਾਲ ਦਿਆ ਮਸਾਲਾ ਇਹ ਹੈ ہمارا ਸਵਾਦ ਵਟਾਂਦਰਾ ਔਰ ਜਦੋਂ ਤੁਹਾਨੂੰ ਪਤਾ ਹੀ ਉਹਨੇ ਵਿੱਚ ਪਾਤਾ ਉਹਨੇ ਦੱਸ ਦਿੱਤੇ ਸਾਨੂੰ ਸੁਣ ਗਿਆ ਫੇਰ ਰੱਖਣਗੇ ਆ ਭਾਈ ਸਾਹਿਬ ਇਹ ਕੀ ਡਾਲਾ ਹੈ ਅੱਛਾ ਲੋ ਜੀ ਅੱਜ ਹਮਾਏ ਆ ਸੈਕਟਰ 14 ਚੰਡੀਗੜ੍ਹ ਮੇਂ ਯਹਾਂ ਪੇ ਬਹੁਤ ਹੀ ਬੜੀਆ ਪਰਾਂਠੇ ਮਿਲਤੇ ਹੈ ਬਾਟ ਚੋਂ ਇੰਦੇ ਤੇ ਇਹ ਲੋਕੇਸ਼ਨ ਕਿਆ ਹੈ ਜੀ ਲੋਕੇਸ਼ਨ ਬਤਾ ਦਿਜੀਏ ਅਰੇ ਜੇ ਤੁਹਾਨੂੰ ਪਤਾ ਹੈ ਤੁਸੀਂ ਦੁਆਰਾ ਦਾਰ ਗੱਲਾਂ ਕਿਉਂ ਕਰਦੇ ਉਹ ਇਹ ਨਾ ਵਰ ਗਈ ਹੈ ਇਹ ਵੀ ਹੂੰ ਠਾਕੀ ਅੱਜ ਕਾ ਕਾ ਢਿੱਲਾ ਹੋ ਗਿਆ ਹੈ ਯਾਰ ਕਸਲਾ ਕਾਕੇ ਨੂੰ ਫਿਰ ਹਾਂਜੀ ਅੱਜ ਬਿਮਾਰ ਹੋ ਗਿਆ ਆ ਕਿੱਦਾਂ ਹੋ ਗਿਆ ਏ ਬਿਮਾਰ ਕਿੱਦਾਂ ਹੁੰਦੇ ਤੈਨੂੰ ਨਹੀਂ ਪਤਾ ਸਾਲਕੇ ਇਹ ਖਾਂਦਾ ਕੀ ਆ ਸੁੱਕੀ ਪਾਲਕ ਚਾਪਦਾ ਹੋਊਗਾ ਮੈਨੂੰ ਲੱਗਦਾ ਤੇ ਠੰਡ ਬੜੀ ਪੈਂਦੀ ਨਾ ਅੱਜ ਠੰਡ ਬੜੀ ਤੇ ਸਵੇਰ ਦੀ ਹਵਾ ਬੈਗੀ ਤੇ ਪੀੜੋਂ ਡਿਆ ਸਿਰ ਅੱਛਾ ਕੰਮ ਤੇ ਜਾਣਾ ਜੀ ਨਿਕਲ ਲਿਆ ਹੁਣ ਕਿੱਥੇ ਚੱਲਿਆਂ ਦਵਾਈ ਲੈਣ ਚੱਲਿਆਂ ਬੋਲ ਵੇ ਕਿੱਡੇ ਟਰੱਕ ਖਿੱਚ ਲਾਇਆ ਬੁੱਲਾਂ ਨਾਲ ਅੱਛਾ ਕੰਡਲਾ ਆ ਕੇ ਬਹਿ ਗਿਆ ਨਾ ਮੈਨੂੰ ਲੱਗਦਾ ਇਹ ਤਾਂ ਕੰਮ ਕਰਦਾ ਹੀ ਨਹੀਂ ਹੁਣ ਸਿਰਫ ਇਹਦਾ ਕਾਕਾ ਹੀ ਕੰਮ ਕਰਦਾ ਹੁਣ ਕਿਉਂਕਿ ਕਾਕਾ ਦਿਹਾੜੀ ਤੇ ਹੁੰਦਾ ਕਾਕੇ ਨੂੰ ਲੈਣ ਜਾਂਦਾ ਫਿਰ ਕਾਕੇ ਨੂੰ ਛੱਡਣ ਚਲ ਕਾਕਾ ਆ ਗਿਆ ਕੰਮ ਤੋਂ ਕਾਕਾ ਕੰਮ ਤੇ ਚੱਲਿਆ ਸਾਲਾ ਪਹਿਲਾ ਕਾਕਾ ਵੇਖਿਆ ਜਿਹੜਾ ਰੋਡਾਂ ਤੇ ਤੁਰਿਆ ਫਿਰਦਾ ਕੰਮ ਕਰਦਾ ਵੀ ਹੂੰ ਪਾਈਕਾ ਤੇ ਬਾਅਦ ਵੀ ਛੁੱਟਾਣੀ ਦੁਕਾਨ ਲੱਭੀ ਫਿਰਦਾ ਐ ਕਾਕਾ ਐਂਜੀ ਐਂਜੀ ਮੈਂ ਵੀ ਆਈ ਵੀਡੀਓ ਬਣਾਇਆ ਕਰਨੀ ਹੁਣ ਮਲੇ ਕੋਟਨ ਦੇ ਕੱਪੂ ਸੂਟ ਜੇ ਹਾਂ ਫਿਰ ਗੁੰਡਾ ਹੈ ਤੂੰ ਮੇਰੇ ਮੈਂ ਨਹੀਂ ਇੰਡੀਆ ਨੇ ਦਸੂਟ ਲੈ ਲੈ ਜਾ ਫਿਰ ਚੱਲ ਜਾ ਇੰਡੀਆ ਸੂਟ ਲੈਣ ਇੱਥੇ ਕਰਨਾ ਕੀ ਆ ਹੂੰ ਕਾਕੇ ਕਿਹੜੇ ਕੱਪੜੇ ਲੈਣ ਆਇਆ ਸੀ ਕੱਲ ਕਾਕੇ ਦੇ ਗੰਦੀ ਕਰੀ ਜਾਂਦਾ ਹੂੰ ਅੱਛਾ ਮੈਂ ਤੇ ਥੇਨ ਖਜੂਰੀ ਕਰਕੇ ਦੇ ਦਿੰਨੇ ਆ ਹਨਾ ਕਾਕੇ ਹੂੰ ਆ ਮੈਨੂੰ ਦਿੰਦੀ ਨਹੀਂ ਨਾ ਐਵੇਂ ਰੋਜ ਖਾ ਲਿੰਦਾ ਆਪਣੀ ਕੋਨੀ ਕੋਨੀ ਜੀ ਖਾ ਲਿੰਦਾ ਨਾ ਹੂੰ ਤੂੰ ਕੀ ਕਰੇਗਾ ਆਪਦੇ ਵਾਂਗੂ ਗੰਜ ਨਾ ਕੱਟਦੀ ਕਿਤੇ ਮੈਂ ਚੋਈ ਦੀ ਕਰਕੇ ਦਿੰਦੀ ਹੂੰ ਹੂੰ ਕਾਕਾ ਚਾ ਕਰੇ ਕਾਕਾ ਚਾ ਕਰੇ ਕੀ ਸਿੱਧਾ ਕਰੇ ਕਾਕਾ ਤੇਰਾ ਥਾਰ ਕੀ ਹਾਲ ਹੈ ਏ ਭਗਵਾਨ ਹਾਂ ਕਾਕੇ ਰਿਬਨ ਪਾਉਣਾ ਰਿਬਨ ਪਾਉਨ ਨੂੰ ਰੂਬੀ ਕੌਣਾ ਇਹ ਕਾਕੇ ਪਾ ਦੇ ਰਿਬਨ ਜੀ ਕਰ ਦਤਾ ਕਾਕੇ ਰਿਬਨ ਪਾਣਾ ਹੋਰ ਕੁਝ ਪੈਜੂਗਾ ਮੇਰੇ ਤੇਲ ਵੀ ਲਾ ਦਸੇ ਰੂਸ ਨਹੀਂ ਬਾਲਾਂ ਦੀ ਗੱਲ ਕਰੀ ਜਨਾ ਮੈਂ ਸਟ੍ਰੇਟ ਇਹ ਪਲਾਨ ਹੈ ਇਹ ਹੂੰ ਸਿਰਾਂ ਦਾ ਤੇਲ ਵੀ ਲਾ ਦੋ ਥੋੜਾ ਜਿਆ ਤਰੀਬਨ ਵੀ ਪਾ ਦੋ ਤੇ ਦੋ ਗੁਤਾ ਕਰ ਦੋ ਉਹ ਸਮੇਂ ਚੰਗੇ ਜਿਹੇ ਸਰੋਂ ਦਾ ਤੇਲ ਲੱਗਦਾ ਸੀ ਹੁਣ ਕੀ ਹੁਣ ਕੀ ਮੰਗਲੈਲ ਲਾਉਣੇ ਹੋ ਇੱਥੇ ਸਿਰ ਤੇ ਹੁਣ ਲਾ ਲਓ ਸਰੋਂ ਦਾ ਤੇਲ ਆਉਂਦਾ ਹੀ ਆ ਹੁਣ ਝੋਥੇ ਪੈ ਗਏ ਤੁਹਾਨੂੰ ਆਡੀ ਆਹ ਲਾਉਣਾ ਜੀ ਇਹ ਸ਼ੈਂਪੂ ਵਰਤ ਲਓ ਇਹ ਕੰਡੀਸ਼ਨਰ ਵਰਤ ਲਓ ਲਾਓ ਸਰੋਂ ਦਾ ਤੇਲ ਹੁਣ ਵੀ ਜਿੰਨਾ ਤੇ ਖੜਦਾ ਉਹ ਖੜਾਓ ਹੂੰ ਆਪਣੇ ਵੀ ਗਲੀਆਂ ਚ ਬੁੜੀਆਂ ਹੁੰਦੀਆਂ ਨੇ ਚਿੱਟੇ ਵਾਲ ਆਏ ਪਏ ਫਿਰ ਵੀ ਸਰੋਂ ਦਾ ਤੇਲ ਲਾ ਲੈ ਕੇ ਪੀਲੇ ਕਰ ਲੈਂਦੀਆਂ ਸਾਨੂੰ ਡਾਈ ਦੀ ਲੋੜ ਹੀ ਨਹੀਂ ਜੀ ਹੂੰ ਕੱਕੇ ਕਿੰਨੇ ਸੁੰਤਨਾ ਆਈ ਇੱਕ ਇੱਕ ਬਲੀਂਦਾ ਹੂੰ ਥੋੜੀ ਲੈ ਆ ਨਾ ਹੂੰ ਕੀ ਉਦੋਂ ਵੀ ਆਪਾਂ ਜਿਵੇਂ ਨਵੇਂ ਨਵੇਂ ਆ ਬੰਨ ਸੇਵਿੰਗ ਦੀ ਜ਼ਿਆਦਾ ਜ਼ਰੂਰਤ ਤੇ ਖਰਚੇ ਪਤਾ ਨਹੀਂ ਕੀ ਕਿਤੇ ਚੱਲਿਆ ਏ ਟੱਟੀ ਕਰਨ ਆਏ ਕੁਝ ਸੈਂਸਸ ਬਾਤ ਕੀ ਗ੍ਰੋਸਰੀ ਲੈਣ ਚੱਲਿਆ ਏ ਅੱਛਾ ਹੋਰ ਕੀ ਲੈਣ ਚੱਲਿਆ ਪਹਿਲਾ ਪਹਿਲਾ ਬੰਦਾ ਵੇਖਿਆ ਜਿਹੜਾ ਰੀਲ ਵੀ ਖੜੀ ਗੱਡੀ 'ਚ ਵੀ ਬੈਲਟਾ ਲਾ ਕੇ ਬਣਾਉਂਦਾ ਇਹਨੂੰ ਆਇਆ ਮੇਰੇ ਖੱਡੇ ਤੇ ਚਲਾਨਾ ਕੱਟਿਆ ਜਾਵੇ ਕਿਸਮਤ ਵਾਕਈ ਮਾੜੀ ਲੱਗਦੀ ਏ ਦੀ ਹੂੰ ਪਤਾ ਨਹੀਂ ਕਾਕਾ ਕਿੱਥੇ ਟੱਕਰੇ ਨਿਊਜ਼ੀਲੈਂਡ 'ਚ ਆਂ ਨਾ ਫਿਰ ਜੁੱਤੀਆਂ ਤਾਂ ਫਿਰ ਜ਼ਰੂਰੀ ਹੈ ਨਾ ਕਾਕੇ ਦੀਆਂ ਤ ਤਾਂ ਤੂੰ ਰੇਲਾ ਪਿੱਛੇ ਉੱਚੀ ਬੋਲਦਾ ਹੁੰਦਾ ਇਹ ਘਰੇ ਵੀ ਐਂ ਹੀ ਕਰਦਾ ਰਹਿੰਦਾ ਹੋਊਗਾ ਕਾਕੇ ਟੱਟੀ ਕਾਲੀ ਕਾਕੇ ਮੂਤਾ ਗਿਆ ਉਹ ਚੱਲੀ ਧਾਰੀ ਕਾਕੇ ਵੇਖ ਸਿਰਫ 1605 ਕਰੋੜ ਵਿੱਚ ਤੁਸੀਂ ਸੱਤ ਬੈੱਡਰੂਮ ਪੈਂਟਹਾ우스 ਲੈ ਸਕਦੇ ਹੋ ਜਿਸ ਦਾ ਨਾਮ ਹੈ ਬੁਗਾਟੀ ਰੈ residencies by ਬਿੰਗਾਤੀ ਚਲੋ ਕਿਸ਼ਨ ਨੋਮੇ ਕਿ ਹਾਰਟ ਉਸ ਦਾ ਦਬਈ ਜੋ ਕਿ ਇਹ ਬਿਜ਼ਨਸ 베 ਤੇ ਇਸ ਪੈਂਟ ਹਾਉਸ ਦੀ ਖਾਸ ਗੱਲ ਤੁਸੀਂ ਆਪਣੀ ਬੁਗਾਟੀ ਪਾਰਕ ਕਰ ਸਕਦੇ ਹੋ ਆਪਣੇ ਪੈਂਟ ਹਾਉਸ ਦੇ ਵਿੱਚ ਉਹ ਭਰਾਵਾ ਸਾਡਾ ਜਿਹੜਾ ਸਕੂਟਰ ਖੜਾ ਉਹ ਗੇਟ ਨਾਲ ਵੱਜੀ ਜਾਂਦਾ ਹੁੰਦਾ ਟੇਡਾ ਕਰਕੇ ਲਾਉਣਾ ਪੈਂਦਾ ਲੈ ਲੈ ਪੈਂਟ ਹਾਉਸ ਕਿਨੂੰ ਕਰੀ ਜਨਾ ਫੇਰ ਰੱਖਣਗੇ ਪੇਟੀ ਐਮ ਕਰ ਦੋ ਪੇਟ ਸਾਡੀ ਕੇਵਾਈਸੀ ਨਹੀਂ ਹੋਈ ਪੇਟੀ ਨਹੀਂ ਤੂੰ ਪੇਟੀ ਨੂੰ ਕਰਨ ਨੂੰ ਫਿਰਦਾ ਅੰਦਰੀ ਦਾ ਕੀ ਹੈ ਕੰਗਣਾ ਬਣਵਾ ਦਿਆਂ ਤੂੰ ਰਹਿਣ ਦੇ ਬਣਾਉਣ ਨੂੰ ਕੰਗਣਾ ਹੋਰ ਨਾ ਤੂੰ ਦੰਦ ਲਵਾ ਪਹਿਲਾਂ ਕੰਗਣਾ ਬਨਵਾ ਦਿਆਂ ਲਫੜੇ ਪਵਾ ਦਿਆਂ ਕੰਗਣਾ ਬਣਾਉਣਾ ਯਾਰ ਮੈਨੂੰ ਕੋਈ ਲੜਕਾ ਦੇਖਦਾ ਹੀ ਨਹੀਂ ਹੈ ਹੈ ਕੀ ਤੇਰੇ ਕੋਲੇ ਸਮਾਨ ਤਾਂ ਨਹੀਂਗਾ ਆਇਦਲੇ ਇਨਯਰ ਵੀਡੀਓ ਲਾਈਕ ਮੰਟ ਕਰਕੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਇਦਾਂ ਹੀ ਰੋਸਟ ਤੇ ਪਲੱਸ ਰਮਾਂਚਿਕ ਹੁੰਦੇ ਰਹਿਣਗੇ ਤੇ ਪਲੱਸ ਪਤਾ ਨਾ ਫਿਰ ਡਾਲਰਾਂ ਦਾ ਰੋਲਾ ਤੇ ਚੌਣਿਆਂ ਦਾ ਫਰਾਈਆਂ ਕੀ ਕਰਾਂ ਮੈਂ ਓਈ ਮਿਸ 올ਡ ਰਿੰਪਲ ਰਿੰਪਸ ਕਾਕੇ ਤੂੰ ਸਬਸਕ੍ਰਾਈਬ ਨਹੀਂ ਕਰਦਾ ਚੈਨਲ ਕਦੋਂ ਕਰੇਗਾ ਭਾਈ ਸਬਸਕ੍ਰਾਈਬ ਕਰ ਦੇ ਚੈਨਲ ਨੂੰ ਕਾਕਾ ਟੱਟੀ ਬੈਠਾ ਹੈ ਕਾਕਾ ਨੇ ਸੂਤ ਆਇਆ ਇਹ ਵੈਸੇ ਕਮੈਂਟ ਆਫ ਰੱਖਦਾ ਨੂੰ ਪਤਾ ਬੇਜਾਈ ਹੁੰਦੀ ਪਹਿਲਾਂ ਇਹਦੇ ਉਹ ਸੀ ਕਮੈਂਟ ਉਹਨਾਂ ਨੇ ਆਫ ਕਰਤੇ ਕਾਕੇ ਆਇਆ ਕਾਕੇ ਗਲੀਆਂ ਦੀ ਨੌਲੇਜ ਬਥੇਰੀ ਜੱਟ ਨੂੰ ਨਹੀਂ ਹਲੇ ਲਿਖਦਾ ਨਹੀਂ ਗਾਣੇ ਮੈਂ